ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਆ। ਸੰਗਤਾਂ ਹੁੰਮ ਹੁਮਾ ਕੇ ਵੱਧ ਤੋਂ ਵੱਧ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਨੇ ਔਰ ਬਾਬੇ ਸ਼ਹੀਦਾਂ 'ਤੇ ਉਹ ਨਤਮਸਤਕ ਹੋਣ ਜਾ ਰਹੀਆਂ ਨੇ। ਇਸ ਦੇ ਨਾਲ ਇੱਕ ਮੋਰਚਾ ਵੀ ਤੁਸੀਂ ਵੇਖ ਰਹੇ ਕਿ ਮੋਰਚਾ ਵੀ ਆ ਸਾਹਮਣੇ ਤੁਹਾਡੇ ਵੇਖੋ ਭਖਿਆ ਪਿਆ ਆ ਔਰ ਅਸੀਂ ਅੱਜ ਨਾਲ ਨਾਲ ਸੰਗਤਾਂ ਦੇ ਵਿਚਾਰ ਲੈ ਰਹੇ ਹਾਂ ਔਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਸਿੰਘ ਸਾਹਿਬ ਕਿੱਥੋਂ ਆਏ ਤੁਸੀਂ? ਅਸੀਂ ਪਿੰਡ ਭੋਇਆਲ ਤੋਂ ਆਏ। ਅੱਛਾ ਜੀ, ਕੀ ਕਰਨ ਆਏ? ਅਸੀਂ ਬਾਬਾ ਦੀਪ ਸਿੰਘ ਦਾ ਦਿਹਾੜਾ ਵੇਖਣ ਆਏ, ਮਨਾਉਣ ਆਏ। ਮਨਾਉਣ ਆਏ? ਤੁਹਾਡੇ ਪਿੱਛੇ ਮੋਰਚਾ ਲੱਗਾ ਆ, ਕੀ ਤੁਹਾਡੇ ਵਿਚਾਰ ਇਹਦੇ ਬਾਰੇ? ਇਹ ਤਾਂ ਚੁੱਕਣਾ ਚਾਹੀਦਾ, ਜਿਹੜਾ ਮੂਰਤੀਆਂ ਮਾਰਤੀਆਂ ਇਹ ਨਹੀਂ ਇੱਥੇ ਰਹਿਣੀਆਂ ਚਾਹੀਦੀਆਂ। ਕਿਉਂ ਨਹੀਂ ਰਹਿਣੀਆਂ ਚਾਹੀਦੀਆਂ? ਗੁਰੂ ਰਾਮਦਾਸ ਦੇ ਘਰ ਨੂੰ ਜਾਣ ਦਿਆ ਰਸਤਾ ਵਾ ਜੀ, ਇਹ ਮਾੜਾ ਲੱਗਦਾ ਵਾ, ਨਹੀਂ ਗਾ ਚਾਹੀਦਾ ਰਾਹ ਦੇ ਵਿੱਚ। ਠੀਕ ਹੈ ਜੀ, ਇਹ ਗਲਤ ਕੰਮ ਕੀਤਾ ਗੌਰਮੈਂਟ ਨੇ। ਬਹੁਤ ਇਹ ਲਾ ਦੇਣੇ ਚਾਹੀਦੇ, ਕੁਛ ਹੋਰ ਲੱਗਣੇ ਚਾਹੀਦੇ ਜਾਂ ਬਿਲਕੁਲ ਲਾ ਦੇਣੇ ਚਾਹੀਦੇ ਆ? ਇਹ ਤਾਂ ਬਿਲਕੁਲ ਲਾਉਣੇ ਚਾਹੀਦੇ, ਕਦੇ ਲਾਉਣੇ ਚਾਹੀਦੇ। ਬਾਬੇ ਦੀਪ ਸਿੰਘ ਵਰਗਾ ਲਵੇ, ਕਾਲੀ ਫੂਲਾ ਸਿੰਘ ਕਰਕੇ ਤਾਂ ਲਾਉਣ, ਜਿਹੜਾ ਯੋਧਿਆਂ ਦੇ ਬਹੁਤਿਆ ਸੰਤ ਜਰਨੈਲ ਸਿੰਘ ਦਾ ਲਾ ਦੇਣ। ਸੰਤ ਜਰਨੈਲ ਸਿੰਘ ਦਾ ਲਾ ਦੇਣ? ਹਾਂਜੀ, ਉਹਨਾਂ ਦਾ ਲਾ ਦੇਣ, ਉਹਨਾਂ ਦਾ ਲਾ ਦੇਣ। ਠੀਕ ਹੈ ਜੀ, ਜਿਹੜੇ ਬੱਚੇ 307 ਧਾਰਾ ਲੱਗੀ ਆ ਗੌਰਮੈਂਟ ਨੇ ਲਾਈ ਆ ਬੁੱਤ ਨੂੰ ਮਾੜਾ ਛੇੜਨ 'ਤੇ, ਉਹ ਠੀਕ ਹੈ ਕਿ ਨਹੀਂ? ਉਹ ਗਲਤ ਹੈ ਜੀ, ਕੀ ਕਹਿਣਾ ਚਾਹੋਗੇ? 100% ਗਲਤ ਹੈ, ਉਹਨਾਂ ਛੱਡਣਾ ਚਾਹੀਦਾ ਮੁੰਡਿਆਂ ਨੂੰ। ਇਹ ਤੁਸੀਂ ਕਿੰਨਾ, ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਕਹੋ, ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ? ਕੀ ਕਹੋਗੇ? ਪ੍ਰਸ਼ਾਸਨ ਦੀ ਗਲਤੀ ਆ, ਉਹਨਾਂ ਨਹੀਂ ਫੜਨਾ ਚਾਹੀਦਾ, ਉਹਨਾਂ ਨੂੰ ਉਹਨਾਂ ਛੱਡਣਾ ਚਾਹੀਦਾ, ਛੱਡ ਦੇਣਾ ਚਾਹੀਦਾ। ਔਰ ਕੀ ਕਰ, ਫਿਰ ਕੀ ਕਰਨਾ ਚਾਹੀਦਾ? ਬੁੱਤ ਰੱਖਣੇ ਚਾਹੀਦੇ ਜਾਂ ਲਾਉਣੇ ਚਾਹੀਦੇ ਇੱਥੇ? ਬਿਲਕੁਲ ਬੁੱਤ ਤਾਂ ਬਿਲਕੁਲ ਲਾਉਣੇ ਚਾਹੀਦੇ ਆ, ਇੱਥੇ ਤੁਹਾਨੂੰ ਦੱਸਿਆ ਵੱਡੇ ਵੱਡੇ ਸਿੰਘਾਂ ਦੇ ਬੁੱਤ ਲੱਗਣੇ ਚਾਹੀਦੇ ਆ, ਬਾਬੇ ਦੀਪ ਸਿੰਘ ਦਾ, ਕਾਲੀ ਫੂਲਾ ਸਿੰਘ ਦਾ ਜੀ, ਸਾਡੇ ਜਿਹੜੇ ਯੋਧੇ ਸਿੰਘ ਹੋਏ ਉਹਨਾਂ ਦੇ ਲੱਗਣੇ ਚਾਹੀਦੇ ਆ। ਧੰਨਵਾਦ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਤੁਸੀਂ ਦਰਬਾਰ ਸਾਹਿਬ ਨਤਮਸਤਕ ਹੁਣ ਆਏ ਜੇ ਬਾਬਾ ਦੀਪ ਸਿੰਘ ਦੇ ਦਿਹਾੜੇ 'ਤੇ ਆਏ ਜੇ, ਇੱਥੇ ਮੋਰਚਾ ਲੱਗਾ ਆ ਬੁੱਤਾਂ ਦਾ, ਕੀ ਇਹ ਬੁੱਤ ਇੱਥੇ ਰਹਿਣੇ ਚਾਹੀਦੇ ਆ ਕਿ ਨਹੀਂ? ਨਹੀਂ ਰਹਿਣੇ ਚਾਹੀਦੇ ਜੀ, ਇੱਥੇ ਸ਼ਹੀਦਾਂ ਦੇ ਬੁੱਤ ਲੱਗਣੇ ਚਾਹੀਦੇ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਸਦਕੇ ਅਸੀਂ ਅੱਜ ਇਸ ਜਗ੍ਹਾ 'ਤੇ ਖੜੇ ਹਾਂ। ਇੱਥੇ ਜਿਹੜੀ ਜ਼ਿੰਮੇਵਾਰ ਜੀ ਕਹਿ ਸਕਦੇ ਆਪਾਂ, ਸਰਕਾਰ ਆਏ ਹਾਂ ਜਿਨ੍ਹਾਂ ਨੂੰ ਅਸੀਂ ਆਪਣੇ ਹੱਥੀਂ ਰਾਹੀਂ ਚੁਣੇ ਹਾਂ, ਅਗਰ ਤੁਸੀਂ ਸਰਕਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਉਹਨਾਂ? ਅਸੀਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਬੁੱਤ ਇੱਥੋਂ ਹਟਾਏ ਜਾਣ, ਇੱਥੇ ਸ਼ਹੀਦਾਂ ਦੀਆਂ ਜੋ ਹੈਗੀਆਂ ਮਤਲਬ ਸਟੈਚੂ, ਉਹ ਲੱਗਣੇ ਚਾਹੀਦੇ ਆ, ਉਹ ਸਟੈਚੂ ਲੱਗਣੇ ਚਾਹੀਦੇ ਆ। ਇੱਕ ਇੱਥੇ ਬੱਚਿਆਂ ਨੇ ਉਹ ਜਿਹੜੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ 307 ਧਾਰਾ ਲੱਗੀ ਆ, ਕੀ ਤੁਸੀਂ ਚਾਹੁੰਦੇ ਹੋ 307 ਧਾਰਾ ਜਿਹੜੀ ਉਹ ਟੁੱਟਣੀ ਚਾਹੀਦੀ ਆ? ਜ਼ਰੂਰ ਟੁੱਟਣੀ ਚਾਹੀਦੀ ਆ, ਕੋਈ ਐਡਾ ਵੱਡਾ ਕ੍ਰਾਈਮ ਨਹੀਂ ਕੀਤਾ ਉਹਨਾਂ ਨੇ ਹੱਕ ਦੀ ਆਵਾਜ਼ ਉਠਾਈ, ਇਹਦੇ 'ਚ ਕੋਈ ਉਹਨਾਂ ਨੇ ਕ੍ਰਾਈਮ ਨਹੀਂ ਕੀਤਾ। ਧੰਨਵਾਦ ਜੀ। ਸਿੰਘ ਜੀ ਕਿੱਥੋਂ ਆ ਰਹੇ? ਸ੍ਰੀ ਹਰਿਮੰਦਰ ਸਾਹਿਬ ਤੋਂ ਨਮਸਕਾਰ ਕਰਕੇ ਜੀ, ਦਰਸ਼ਨ ਕਰਕੇ ਆਏ। ਦਰਸ਼ਨ ਕਰਕੇ ਆਏ? ਹਾਂਜੀ। ਆ ਤੁਹਾਡੇ ਪਿੱਛੇ ਵੇਖੋ ਇੱਕ ਮੋਰਚਾ ਲੱਗਾ ਹੋਇਆ ਆ, ਸਿੰਘਾਂ ਨੇ ਇੱਥੇ ਬੁੱਤ ਤੋੜੇ ਸੀ। ਹਾਂਜੀ, ਠੀਕ ਹੈ ਜੀ, ਉਹਨਾਂ ਨੂੰ 307 ਧਾਰਾ ਲਾ ਕੇ ਗੌਰਮੈਂਟ ਨੇ ਅੰਦਰ ਕੀਤਾ ਆ। ਹਾਂਜੀ, ਇੱਥੇ ਮੋਰਚੇ ਬੈਠੇ ਆ ਕਿ ਉਹ ਧਾਰਾ ਬਹੁਤ ਗਲਤ ਲਾਈ ਆ ਔਰ ਇੱਥੇ ਬੁੱਤ ਵੀ ਲੱਗਣੇ ਨਹੀਂ ਚਾਹੀਦੇ। ਬਿਲਕੁਲ, ਤੁਹਾਡੇ ਕੀ ਵਿਚਾਰ ਆ? ਬਿਲਕੁਲ ਜੀ, ਸਹਿਮਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਵੀ ਇਸ ਮੋਰਚੇ ਦੇ ਵਿੱਚ ਸ਼ਾਮਾਂ ਨੂੰ ਰਾਤ ਨੂੰ ਜ਼ਰੂਰ ਹਾਜ਼ਰ ਭਰੀਦੀ ਆ ਜੀ। ਹੁਣ ਮੈਂ ਹਾਜ਼ਰ ਭਰਨ ਆ ਰਿਹਾ ਹਾਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਦਰਸ਼ਨ ਕਰਕੇ ਜੀ। ਜੀ, ਅਤੇ ਬਹੁਤ ਜੋ ਵੀ ਬਹੁਤ ਗਲਤ ਆ ਜੀ, ਨਾ ਦੇ ਬੁੱਤ ਲੱਗਣੇ ਚਾਹੀਦੇ ਸੀ, ਜੇ ਬੁੱਤ ਨੂੰ ਸਿੰਘਾਂ ਨੇ ਕੋਈ ਵੀ ਐਸਾ ਨੁਕਸਾਨ ਨਹੀਂ ਪਹੁੰਚਾਇਆ, ਕੋਈ ਕਾਨੂੰਨ ਤੋਂ ਬਾਹਰ ਜਾ ਕੇ ਉਹਨਾਂ ਨੇ ਕੋਈ ਵੀ ਐਸਾ ਨਹੀਂ ਕੀਤਾ ਵੀ ਜਿਹੜਾ 307 ਉਹਨਾਂ ਦੇ ਲੱਗੀ ਆ ਜੀ, ਉਹ ਬਿਲਕੁਲ ਨਜਾਇਜ਼ ਲੱਗੀ ਆ ਜੀ। ਜੀ, ਉਹ ਰੱਦ ਕਰਨੀ ਚਾਹੀਦੀ ਆ ਅਤੇ ਸਿੰਘਾਂ ਭਰਾਵਾਂ ਨੂੰ ਰਿਹਾਅ ਕਰਨਾ ਚਾਹੀਦਾ ਵਾ। ਇਹ ਵੀ ਸਿੰਘ ਕਿਸੇ ਨਾ ਕਿਸੇ ਕੰਮਾਂ ਕਾਰਾਂ ਤੋਂ ਕਿਸੇ ਨਾ ਕਿਸੇ ਤੋਂ ਵਿਹਲੇ ਹੋ, ਮਤਲਬ ਕਿ ਆਪਣਾ ਕੰਮ ਕਾਰ ਸੋਚ ਕੇ ਇੱਥੇ ਬੈਠੇ ਹੋਏ ਨੇ ਉਹਨਾਂ ਸਿੰਘਾਂ ਕਰਕੇ ਅਤੇ ਬੁੱਤ ਹਟਾਉਣ ਕਰਕੇ, ਅਤੇ ਸਰਕਾਰ ਨੂੰ ਇਹੋ ਅਪੀਲ ਹੈ ਜੀ ਕੋਈ ਬੁੱਤ ਹਟਾਏ ਜਾਂ ਤਾਂ ਜਿਹੜੇ 307 ਲੱਗੀ ਹੈ ਵੀਰਾਂ ਨੂੰ ਉਹਨਾਂ ਛੇਤੀ ਛੇਤੀ ਰਿਹਾਅ ਕੀਤਾ ਜਾਵੇ ਜੀ। ਧੰਨਵਾਦ ਜੀ। ਸਿੰਘ ਜੀ, ਤੁਸੀਂ ਵੇਖ ਰਹੇ ਸਾਹਮਣੇ ਵੇਖੋ ਜਿਹੜੇ ਬੁੱਤ ਟੁੱਟੇ ਆ ਜੀ, ਇੱਥੇ ਬੱਚਿਆਂ ਦੇ ਕੇਸ ਵੀ ਬਣਿਆ ਔਰ ਪਿੱਛੇ ਧਰਨਾ ਵੀ ਲੱਗਾ ਆ ਜੀ, ਤੁਸੀਂ ਕੀ ਕਹੋਗੇ ਇਹਨਾਂ ਬਾਰੇ? ਬਿਲਕੁਲ ਸਹੀ ਲੱਗਿਆ ਜੀ, ਇੱਦਾਂ ਹੋਣਾ ਵੀ ਨਹੀਂ ਚਾਹੀਦਾ, ਬੁੱਤ ਜਿਹੜੇ ਆਪਣਾ ਕਲਚਰ ਨਹੀਂ ਹੈਗਾ ਆਪਣਾ,
ਜੋ ਆਪਣਾ ਕਲਚਰ ਹੈ ਉੱਥੇ ਸ਼ੋਅ ਹੋਣਾ ਚਾਹੀਦਾ ਜੀ ਜੀ, ਕਿਉਂਕਿ ਦਰਬਾਰ ਸਾਹਿਬ ਆ ਰਹੇ ਹਾਂ ਆਪਣੇ ਮਨ 'ਚ ਸ਼ਰਧਾ ਨਾਲ ਲੈ ਕੇ ਆ ਰਹੇ ਹਾਂ ਅਤੇ ਨਾ ਕਿ ਭੰਗੜੇ ਪਾਉਣ ਆਪਾਂ ਇੱਥੇ ਆ ਰਹੇ ਹਾਂ ਜੀ, ਅਤੇ ਜਿਹੜੇ ਪਰਪਸਲੀ ਆ ਰਹੇ ਜੋ ਸ਼ਹੀਦੀਆਂ ਹੋਈਆਂ ਨੇ ਆਪਾਂ ਉਹਨਾਂ ਨੂੰ ਜ਼ਿਆਦਾ ਮੋਟੀਵੇਟ ਕਰੀਏ, ਪ੍ਰਮੋਟ ਕਰੀਏ ਜੀ ਉਸ ਚੀਜ਼ ਨੂੰ, ਨਾ ਕਿ ਭੰਗੜਿਆਂ ਨੂੰ ਪ੍ਰਮੋਟ ਕਰੀਏ। ਇਹ ਆਮ ਜਨਤਾ ਦਾ ਫਰਜ਼ ਆ ਕਿ ਜਾਂ ਸਾਡੀ ਸਰਕਾਰਾਂ ਨੂੰ ਜਾਂ ਲੀਡਰਾਂ ਨੂੰ ਸੋਚਣਾ, ਲੀਡਰਾਂ ਨੂੰ ਸੋਚਣਾ ਚਾਹੀਦਾ ਜੀ। ਪਹਿਲਾਂ ਤਾਂ ਕਾਫੀ ਪਹਿਲਾਂ ਤੋਂ ਇਹਨਾਂ ਨੇ ਭਾਈ ਸਾਹਿਬ ਨੇ ਜਾ ਰਿਹਾ ਸੀ, ਇਹਨਾਂ ਕੰਪਲੇਂਟ ਜਾ ਰਹੀਆਂ ਸੀ ਕਿ ਇਹਨੂੰ ਚੱਕ ਲਿੱਤਾ ਜਾਵੇ ਜੀ, ਲੇਕਿਨ ਕਿਸੇ ਨੇ ਐਕਸ਼ਨ ਨਹੀਂ ਲਿਆ। ਪਰ ਫਿਰ ਉਹਨਾਂ ਨੇ ਆਪ ਕਾਰਵਾਈ ਕੀਤੀ ਇਸ ਚੀਜ਼ ਦੀ, ਅਤੇ ਨੌਬਤ ਨਹੀਂ ਸੀ ਆਉਣੀ ਚਾਹੀਦੀ ਕਾਰਵਾਈ ਦੀ ਜੀ, ਲੇਕਿਨ ਉਹਨਾਂ ਨੂੰ ਕਰਨੀ ਪਈ ਹੈ ਕਿਉਂਕਿ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਸੀ ਇਸ ਗੱਲ ਪਿੱਛੇ। ਸੋ ਇਹ ਚੰਗਾ ਹੋਇਆ ਜੋ ਹੋਇਆ ਜੀ, ਇਹ ਹੁਣ ਇਹਨਾਂ ਨੂੰ ਚੱਕਣੀਆਂ ਚਾਹੀਦੀਆਂ ਇੱਥੋਂ ਦੀ। ਧੰਨਵਾਦ ਜੀ, ਮਿਹਰਬਾਨੀ। ਕੀ ਕਹਿਣਾ ਚਾਹੋਗੇ ਬੁੱਤਾਂ ਬਾਰੇ? ਹਟਣੇ ਚਾਹੀਦੇ ਜੀ, ਇਹ ਹਟਣੇ ਚਾਹੀਦੇ ਆ। ਹਾਂ ਜੀ, ਤੇ ਇੱਥੇ ਕੀ ਲੱਗਣਾ ਚਾਹੀਦਾ ਆ? ਇੱਥੇ ਸਿੰਘਾਂ ਦੇ ਲੱਗਣੇ ਚਾਹੀਦੇ, ਯੋਧਿਆਂ ਦੇ, ਯੋਧਿਆਂ ਦੇ ਲੱਗਣੇ ਚਾਹੀਦੇ। ਹਾਂ ਜੀ, ਜਿਹੜਾ 307 ਦਾ ਪਰਚਾ ਹੋਇਆ ਮੁੰਡਿਆਂ ਦੇ, ਕੀ ਉਹ ਜਾਇਜ਼ ਆ ਕਿ ਨਜਾਇਜ਼ ਆ? ਨਜਾਇਜ਼ ਆ ਜੀ ਉਹ, ਬਿਲਕੁਲ ਨਜਾਇਜ਼ ਆ। ਹਾਂ ਜੀ, ਅਗਰ ਪ੍ਰਸ਼ਾਸਨ ਨੂੰ ਕਹਿਣਾ ਤੁਸੀਂ ਕੀ ਕਹੋਗੇ? ਅਸੀਂ ਰੱਦ ਕਰਨੇ ਚਾਹੀਦੇ ਪਰਚੇ ਰੱਦ ਕਰਨੇ ਚਾਹੀਦੇ ਆ। ਹਾਂ ਜੀ, ਛੱਡਣਾ ਚਾਹੀਦਾ ਸੀ, ਰਿਹਾ ਕਰਨਾ ਚਾਹੀਦਾ, ਰਿਹਾ ਕਰਨਾ ਚਾਹੀਦਾ। ਹਾਂ ਜੀ, ਸਿੰਘ ਜੀ ਤੁਸੀਂ ਨਾਲ ਆਏ ਜੇ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਆਏ ਜੇ, ਤੁਸੀਂ ਬੁੱਤਾਂ ਬਾਰੇ ਕੀ ਕਹੋਗੇ? ਬਸ ਸਾਡੀ ਵੀ ਇਹੀ ਕੋਈ ਸੀ ਭਾਈ, ਸਾਡੀ ਕੀ ਬੁੱਤ ਬਿਲਕੁਲ ਖਤਮ ਹੋਣੇ ਚਾਹੀਦੇ ਆ, ਸਿੰਘਾਂ ਦੀਆਂ ਫੋਟੋ ਲੱਗਣੀਆਂ ਚਾਹੀਦੀਆਂ ਜਾਂ ਕੋਈ ਇਤਿਹਾਸ ਲੱਗਣਾ ਚਾਹੀਦਾ, ਅਤੇ ਜਿਹਨਾਂ ਦੇ ਪਰਚੇ ਹੋਏ ਉਹਨਾਂ ਦੇ ਬਹੁਤੇ ਲੋਕ ਅੱਗੇ ਕਹਿੰਦੇ ਸਾਡਾ ਇਤਿਹਾਸ ਸੱਭਿਆਚਾਰ, ਇਹ ਸੱਭਿਆਚਾਰ ਹੈ ਆਪਣਾ? ਨਹੀਂ, ਇਹ ਸੱਭਿਆਚਾਰ ਨਹੀਂ, ਜੇ ਸੱਭਿਆਚਾਰ ਹੈ ਤਾਂ ਧਾਰਮਿਕ ਹੀ ਹੋਵੇ, ਪੰਜਾਬੀ ਸੱਭਿਆਚਾਰ ਜੇ ਸਹੀ ਹੋਵੇ ਨਾ ਹੋ ਸਕਦਾ ਜੀ। ਹਾਂ, ਧਾਰਮਿਕ ਸੱਭਿਆਚਾਰ ਨਹੀਂ ਹੈ, ਇਹ ਪੰਜਾਬੀ ਸੱਭਿਆਚਾਰ ਆ। ਇਹਨੂੰ ਪੰਜਾਬ ਵਿੱਚ ਜਿੱਥੇ ਆਪਣੇ ਕਿਤੇ ਵੀ ਹੋਰ ਆਪਣੇ ਪਾਰਕ ਲਾ, ਸਾਡਾ ਧਰਮ ਦਾ ਜਿਹੜਾ ਸੱਭਿਆਚਾਰ ਆ ਉਹ ਸਾਡੇ ਸਿੰਘਾਂ ਦੇ ਜੀਵਨ ਬਾਰੇ ਚਾਹੀਦਾ। ਇੱਥੇ ਸਿੰਘਾਂ ਦੇ ਫੋਟੋ ਲੱਗਣੇ ਚਾਹੀਦੇ ਆ, ਕਿੰਨੇ ਸ਼ਹੀਦ ਹੋਏ ਆ, ਲੱਖਾਂ ਸ਼ਹੀਦ ਆ ਜੀ। ਹਾਂ, ਉਹ ਲੱਗਣੇ ਚਾਹੀਦੇ ਕਿਉਂਕਿ ਇੱਥੋਂ ਸ਼ੁਰੂ ਹੋ ਜਾਂਦਾ ਗੁਰੂ ਸਾਹਿਬ ਦੇ ਜਦੋਂ ਉਤਰਦੇ ਆ ਮੁੱਢ ਦੇ ਉੱਤੇ, ਫਸਟ ਆਪਰੇਸ਼ਨ 'ਚ ਲਾਸਟ ਆਪਰੇਸ਼ਨ, ਮਾੜਾ ਆਪਰੇਸ਼ਨ ਪੈਦਾ ਸਾਡੇ ਬੱਚਿਆਂ 'ਤੇ, ਇੱਥੇ ਟਿਕ ਟੋਕ ਬਣਾ ਕੇ ਭੇਜਦੇ ਆ, ਫਿਰ ਅਸੀਂ ਉਹਨਾਂ ਉੱਤੇ ਕੇਸ ਕਰਦੇ ਹਾਂ। ਇਹ ਤੋਂ ਬਿਹਤਰ ਵੀ ਇਹ ਜਾੜੀ ਪੱਟ ਦਿਓ, ਜੋ ਦਰਖਤ ਹੀ ਨਾ ਰਹੂਗਾ ਤਾਂ ਆਪਣੇ ਨਾਲ ਕੰਡੇ ਵੱਜਣਗੇ। ਇੱਥੇ ਕਿਤੇ ਆਪਣੇ ਕਿੰਨੇ ਸੂਰਮੇ ਉਹਨਾਂ ਲਾਓ, ਇਹਨਾਂ ਅਸੀਂ ਇਹਨਾਂ ਨੂੰ ਲੈਂਦੇ, ਇਹ ਨਹੀਂ ਕਹਿੰਦੇ ਵੀ ਮਾੜੇ ਆ, ਇਹਨੂੰ ਉੱਥੇ ਲਾ ਦਿਓ ਜੇ ਸੱਭਿਆਚਾਰ ਸਿੱਖ ਧਰਮ ਨਾਲ ਨਹੀਂ ਰਹਿ ਜਾਂਦੇ, ਇਹ ਪੰਜਾਬ ਦਾ ਸੱਭਿਆਚਾਰ ਉੱਥੇ ਲਾ ਦਿਓ। ਇਹ ਬੱਚੇ ਅੰਦਰ ਆ, ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਿਹਨਾਂ ਦੇ ਪਰਚਾ ਹੋਇਆ 307? ਦੇਖੋ ਜੀ, ਬਿਲਕੁਲ ਕੱਲ੍ਹ ਤੋਂ 307 ਤਾਂ ਬਣਦਾ ਨਹੀਂ ਪੰਨਿਆਂ ਦਾ ਸਾੜਾ, 307 ਦਾ ਉਹ ਵੀ ਸੱਟਾਂ ਮਾਰ ਕੇ ਲੱਤਾਂ ਬਾਹਾਂ ਭੰਨਦੀਆਂ। ਅਸੀਂ ਪਿੰਡਾਂ ਰਹਿਣ, ਸਾਨੂੰ ਪਤਾ 307 ਕਿਵੇਂ ਬਣਦੀ ਆ। ਇਹ ਤਾਂ ਇੱਕ ਬਹਾਨਾ ਇਹਨਾਂ ਦਾ ਵੀ ਜਿਹੜੇ ਨੌਜਵਾਨ ਆ ਇਹਨਾਂ ਨੂੰ ਅੰਦਰ ਰੱਖੋ, ਸਾਡੀ ਜਿਹੜਾ ਅਸਲੀਅਤ ਆ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਅਸੀਂ ਕਿਵੇਂ ਲੋਕਾਂ ਨੂੰ ਠੱਗ ਰਹੇ ਹਾਂ। ਵਾਰੀ ਵਾਰੀ ਟਰਨ ਬਾਈ ਟਰਨ ਕਦੇ ਉਹ ਆ ਕਦੇ ਉਹ ਆ ਕੇ ਠੱਗੀ ਮਾਰਨੀ ਆ। ਜੇ ਜਿਹੜੇ ਨੌਜਵਾਨ ਅਵੇਅਰ ਹੋਣਗੇ ਤਾਂ ਫਿਰ ਤਾਂ ਉਹਨਾਂ ਦੇ ਗਿੱਚਾਂ ਨੂੰ ਪਾਵਾਂਗੇ ਆਪਾਂ। ਉਹ ਤਾਂ ਉਹਨਾਂ ਨੂੰ ਉਲਝਾਉਂਦੇ ਆ ਸਾਨੂੰ ਇਹ ਜਾਣ ਕੇ, ਜੇ ਚੱਕ ਵੀ ਉਹਨਾਂ ਕੀ ਜ਼ੋਰ ਲੱਗਦਾ ਕੈਪਟਨ ਦਾ ਦੱਸੋ। ਸਰਕਾਰਾਂ ਦਾ ਮਲੇ ਦੇ ਅੱਗੇ ਕੋਈ ਵੀ ਇੱਕ ਮਿੰਟ ਦੀ ਖੇਡ ਹੈ ਜਿਹਨਾਂ ਕਰਦੀ ਖੇਡ ਆਈ ਹੈ, ਜਿੱਥੇ ਮਰਜ਼ੀ ਲਾ ਸਕਦੇ ਆ, ਉਹ ਵੀ ਸਿੱਖ ਆ, ਜਿਹੜੇ ਸਰਕਾਰ 'ਚ ਬੈਠੇ ਉਹ ਵੀ ਸਿੱਖ ਆ, ਕਿਹੜਾ ਮੁਸਲਮਾਨ ਜਾਂ ਹੋਰ ਸਮੇਂ ਦੇ। ਸਰਕਾਰਾਂ ਨਹੀਂ ਧਿਆਨ ਦੇ ਰਹੀਆਂ ਜਾਣ ਬੁੱਝ ਕੇ, ਜਾਣ ਕੇ ਇਸ ਨੂੰ ਮਸਲੇ ਨੂੰ ਉਲਝਾਉਣਾ ਚਾਹੁੰਦੇ, ਤਾਂ ਕਿ ਅਸੀਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਸਾਡੇ ਨਾਲ ਕਿਤੇ ਮੋਬਾਈਲ ਦਾਇਰਾ ਵਗੈਰਾ ਦਾ, ਵੀ ਅਸੀਂ ਉਹ ਨਾ ਮੰਗ ਲਈਏ, ਸਾਨੂੰ ਇੱਧਰ ਉਲਝਾ ਤਾ ਉਹਨੂੰ ਵੀ ਨਾਲ ਲਿਆਈ ਰੱਖਣਗੇ, ਫਿਰ ਬੱਚਿਆਂ ਨੂੰ ਛੁਡਾਵਾਂ ਕੁਛ ਕਰਾਂਗੇ, ਸਾਨੂੰ ਉੱਧਰ ਵਾਪਸ ਲੈ ਆਉਣਗੇ, ਇੱਧਰ ਰੱਖਣਗੇ ਅਲਜਾਈ, ਵੀ ਸਾਨੂੰ ਨਾ ਪੁੱਛ ਲੈਣ। ਮੁੱਦਿਆਂ ਦੇ ਵਿੱਚ ਸਰਕਾਰ ਲੋਕਾਂ ਨੂੰ ਪਾਉਣਾ ਚਾਹੁੰਦੀ ਆ, ਮੁੱਦਿਆਂ 'ਚ ਆਪਦੇ ਮੁੱਦੇ ਲੁਕਾਉਣਾ ਚਾਹੁੰਦੀ, ਜਿਹੜਾ ਉਹਨਾਂ ਨੇ ਕਿਹਾ ਸੀਗਾ ਨਵੇਂ ਮੁੱਦਿਆਂ 'ਚ ਪਾਉਣਾ ਚਾਹੁੰਦੀ ਆ, ਨਵੇਂ ਮੁੱਦੇ। ਧੰਨਵਾਦ ਜੀ। ਹਾਂਜੀ, ਓਕੇ। ਮਤਲਬ ਵੇਖੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾ ਰਹੇ ਹਾਂ, ਹਾਂਜੀ, ਇਹ ਵਾਜਬ ਨਹੀਂ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਆ, ਅਤੇ ਔਰ ਉਦੋਂ ਦੀ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਆ? ਸ਼੍ਰੋਮਣੀ ਕਮੇਟੀ ਵੀ ਜ਼ਿੰਮੇਵਾਰ ਆ ਜਦੋਂ ਲਾਗੇ ਸੀ ਇੱਥੇ ਜੀ, ਅਤੇ ਜਿਹੜੇ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਮਤਲਬ ਹੈਗੀ ਹੈ ਸਰਕਾਰ ਸੀ ਉਹਨਾਂ ਦੀ ਜੀ, ਉਹ ਜ਼ਿੰਮੇਵਾਰ ਨੇ ਜ਼ਿਆਦਾ, ਸਰਕਾਰ ਵੀ ਉਸ ਟਾਈਮ ਦੀ ਜ਼ਿੰਮੇਵਾਰ ਆ। ਹਾਂਜੀ, ਔਰ ਨੌਜਵਾਨਾਂ ਨੂੰ ਹੁਣ ਸਗੋਂ ਇਹਨੂੰ ਤੋੜਨ ਦੀ ਬਜਾਏ ਨਾ ਜੀ, ਆਪਣੇ 'ਤੇ ਪਰਚੇ ਕਰਾਉਣ ਦੀ ਬਜਾਏ ਇਹ ਉਹਨਾਂ ਦਾ ਮਤਲਬ ਭੰਡਣਾ ਚਾਹੀਦਾ, ਤਾਂ ਕਿ ਪਤਾ ਲੱਗੇ ਵੀ ਸਿੱਖ ਕੌਮ ਦਾ
ਜੋ ਤਸੱਦਦ ਕਰ ਰਹੇ ਆ ਉਹ ਬਾਦਲ ਸਾਹਿਬ ਹੁਣੇ ਉਹ ਹੀ ਕਰ ਰਹੇ ਨੇ। ਹਾਂਜੀ ਸੋ ਤੁਸੀਂ ਵੇਖ ਰਹੇ ਸਿੰਘ ਸਾਹਿਬ ਦਾ ਕਿੱਡੇ ਵਧੀਆ ਵਿਚਾਰ ਹੈ ਕਿ ਉਹਨਾਂ ਨੂੰ ਕਿਸੇ ਵੀ ਕੰਮ ਨੂੰ ਹੱਥ ਲੈਣ ਦੇ ਵਿੱਚ ਸਗੋਂ ਸਿੱਧਾ ਸਰਕਾਰਾਂ ਜੋ ਕਿ ਸਰਕਾਰਾਂ ਨੂੰ ਭੰਡਣਾ ਚਾਹੀਦਾ ਹੈ, ਸਰਕਾਰਾਂ ਦੇ ਉੱਤੇ ਮਤਲਬ ਉਹਨਾਂ ਨੂੰ ਧਰਨਾ ਲਾਉਣਾ ਚਾਹੀਦਾ, ਸਰਕਾਰਾਂ ਦੇ ਖਿਲਾਫ਼ ਲਾਉਣਾ ਚਾਹੀਦਾ, ਨਾ ਕਿ ਸਿੱਧਾ ਕੋਈ ਐਕਸ਼ਨ ਲੈਣਾ ਚਾਹੀਦਾ ਆ। ਜੀ ਮੇਰਾ ਵੀਰ ਜੀ ਇਹੀ ਵਿਚਾਰ ਆ ਕਿ ਇਹਨਾਂ ਨੇ ਇੱਥੇ ਬੁੱਤ ਲਾਏ ਹੀ ਕਿਉਂ ਹੈ, ਜੇ ਬੁੱਤ ਲਾਏ ਜੇ ਮੁੰਡੇ ਢਾਉਣ ਲੱਗੇ ਉਹਨਾਂ ਦੇ 307 ਦੇ ਪਰਚੇ ਕੀਤੇ ਆ, ਅਤੇ ਜਿਹੜੇ ਬਹਿਬਲ ਕਲਾਂ ਗੋਲੀ ਕਾਂਡ ਸ਼ਹੀਦ ਹੋਏ ਨੇ ਸਿੰਘ ਆਪਣੇ, ਉਹਨਾਂ ਦੇ ਕਿਉਂ ਨਹੀਂ ਪਰਚੇ ਕੀਤੇ, ਉਹ ਕਿਉਂ ਨਹੀਂ ਫੜੇ ਗਏ, ਅਤੇ ਜੇ ਇੱਥੇ ਬੁੱਤ ਲੱਗੇ ਫਿਰ ਜੇ ਢਾਉਣ ਲੱਗੀ ਮਹਿਮ ਚੱਲੀ ਹੈ ਅਤੇ ਇਹਨਾਂ ਦੇ ਕਿਉਂ ਪਰਚੇ ਕੀਤੇ ਗਏ ਨੇ? ਜੀ ਮੇਰੇ ਇਹ ਵਿਚਾਰ ਨੇ ਵੀ ਹਾਂ ਵੀ ਇਹ ਸਰਕਾਰ ਨੂੰ ਢਾਉਣੇ ਚਾਹੀਦੇ ਆ, ਇੱਥੇ ਆਪਣੇ ਸ਼ਹੀਦਾਂ ਸਿੰਘਾਂ ਦੇ ਬੁੱਤ ਲਾਉਣੇ ਚਾਹੀਦੇ ਆ, ਵੀ ਜਿਹੜੇ ਜਿੱਥੋਂ ਵੇਖ ਕੇ ਆਪਣੀ ਨਵੀਂ ਪੀੜ੍ਹੀ ਕੋਈ ਪ੍ਰੇਰਿਤ ਹੋਵੇ ਵੀ ਕੁਝ ਸਿੱਖੇ, ਇਹਨਾਂ ਦਾ ਆਪਾਂ ਨੂੰ ਕੋਈ ਮਤਲਬ ਨਹੀਂ ਹੈ ਭੰਗੜੇ ਦਾ ਕੋਈ ਕੁਝ ਨਹੀਂ, ਇਹ ਅੱਗੇ ਟਿਕਟੋਕ 'ਤੇ ਬਹੁਤ ਗੰਦ ਪਿਆ ਹੋਇਆ ਹੈ। ਬਿਲਕੁਲ ਹਾਂਜੀ। ਕੀ ਸਰਕਾਰਾਂ ਇਸ ਬਾਰੇ ਧਿਆਨ ਨਹੀਂ ਦੇ ਰਹੀਆਂ ਤੁਹਾਡੇ ਸਾਹਿਬ? ਨਹੀਂ ਦੇ ਰਹੀਆਂ, ਤਾਂ ਹੀ ਤਾਂ ਬੁੱਤ ਲੱਗੇ ਇੱਥੇ, ਤਾਂ ਬੁੱਤ ਲੱਗੇ। ਹਾਂਜੀ ਜੇ ਸਰਕਾਰਾਂ ਧਿਆਨ ਦੇਣ ਤਾਂ ਇੱਥੇ ਬੁੱਤ ਕਿਉਂ ਲੱਗਣਾ ਇੱਥੇ? ਇੱਥੇ ਆਪਣੇ ਭਾਈ ਮਤੀ ਦਾਸ ਹੁਣਾਂ ਦੇ ਵੀ ਬੁੱਤ ਲੱਗ ਸਕਦੇ ਸੀ। ਹਾਂਜੀ ਅਤੇ ਇਹਨਾਂ ਦੇ ਹੀ ਕਿਉਂ ਲੱਗੇ ਨੇ ਇਹ ਜਾਣ ਕੇ ਸਾਰਾ ਕੁਝ ਸਰਕਾਰ ਵਿੱਚ ਰਲੀ ਹੈ, ਇੱਦਾਂ ਨਹੀਂ ਕਰਨਾ ਚਾਹੀਦਾ। ਪ੍ਰਸ਼ਾਸਨ ਜਾਂ ਸਰਕਾਰਾਂ ਨੂੰ ਕੀ ਕਹੋਗੇ? ਇਹੀ ਕਹਿਣਾ ਚਾਹੁੰਦਾ ਕਿ ਥੋੜ੍ਹਾ ਬਹੁਤਾ ਆਪਣੀ ਸਿੱਖੀ ਵੱਲ ਧਿਆਨ ਦਿਓ, ਵੀ ਆਪਣੀ ਸਿੱਖੀ ਨੂੰ ਬਚਾਓ, ਆ ਭੰਗੜੇ ਇਹਨਾਂ ਵਾਲੇ ਕੰਮਾਂ ਦੇ ਨਾ ਲਓ, ਕੋਈ ਚੰਗੀ ਆਪਣੇ ਪੇਸ਼ ਕਰੋ, ਕੋਈ ਤਸਵੀਰ ਆਪਣਾ ਵੀ ਜਿਹੜਾ ਕੋਈ ਨਵਾਂ ਹੋਵੇ ਕੁਝ।